ਆਇਲਸ ਵੀ ਕਲੀਅਰ ਆ, ਬਾਹਰ ਜਾਣ ਦੇ ਪੂਰੇ ਮੌਕੇ, ਕੈਨੇਡਾ ਜਾਣ ਦਾ ਰਾਹ ਬਿਲਕੁਲ ਸਾਫ ਹੋ ਗਿਆ। ਫਿਰ ਸੋਚਿਆ ਵੀ ਕੈਨੇਡਾ ਜਾ ਕੇ ਵੀ ਕਰਨਾ ਤਾਂ ਕੰਮ ਹੀ ਹੈ, ਉੱਥੇ ਕੋਈ ਆਪਣੇ ਵਾਸਤੇ ਜੌਬ ਜਾਂ ਸਰਕਾਰੀ ਜੌਬ ਕੋਈ ਅਵੇਲੇਬਲ ਤਾਂ ਹੈ ਨਹੀਂ, ਕਰਨਾ ਤਾਂ ਉੱਥੇ ਵੀ ਰੈਸਟੋਰੈਂਟਾਂ 'ਚ ਕੰਮ ਹੈ, ਹੋਰ ਕਿਤੇ ਕੋਈ ਵੀ ਕੰਮ ਉੱਥੇ ਆਪਾਂ ਨੂੰ ਲੱਭਣਾ ਪੈਣਾ ਜਾ। ਕਿਤੇ ਨਾ ਕਿਤੇ ਮੈਨੂੰ ਮਿਹਣੇ ਵੀ ਵੱਜਦੇ ਨੇ ਇਸ ਗੱਲ ਦੇ, ਹੈ ਨਾ, ਵੀ ਤੂੰ ਆਪ ਭਾਂਡੇ ਧੋਣੀ ਹੈ, ਕਿਉਂ ਫੋਰਨ ਜਾ ਕੇ ਵੀ ਤਾਂ ਭਾਂਡੇ ਧੋਣੇ ਨੇ, ਉੱਥੇ ਆਪਾਂ ਨੂੰ ਕੋਈ ਮਿਹਣਾ ਨਹੀਂ, ਪਰ ਜਦਕਿ ਜੇ ਆਪਾਂ ਆਪਣੇ ਪੰਜਾਬ ਦੇ ਵਿੱਚ ਹੀ ਰਹਿ ਕੇ ਆਪਣੇ ਕੰਮ ਦੇ ਵਿੱਚ ਆਪਣੇ ਭਾਂਡੇ ਧੋਣੇ ਹਾਂ ਤਾਂ ਕਿਤੇ ਨਾ ਕਿਤੇ ਲੋਕ ਹਾਲੇ ਵੀ ਮਿਹਣੇ ਮਾਰਦੇ ਨੇ ਵੀ ਤੁਸੀਂ ਭਾਂਡੇ ਧੋਣੇ ਹੋ। ਆਪਾਂ ਨੂੰ ਗੁਰੂ ਸਾਹਿਬਾਨ ਨੇ ਕਿਰਤ ਕਰਨੀ ਵੰਡ ਛਕਣਾ ਸਿਖਾਇਆ, ਜੇ ਆਪਾਂ ਨੂੰ ਹੱਥੀਂ ਕਿਰਤ ਕਰਨ ਦਾ ਕੋਈ ਮਿਹਣਾ ਨਹੀਂ। ਸੁਪਨਾ ਹੁੰਦਾ ਵਾ, ਇੱਕ ਵਾਰੀ ਰਾਹੁਲ ਜੀ ਜੇ ਪਿੱਛੇ ਦਿਖਾਓ ਤਾਂ ਆਹ ਵੱਡੀਆਂ ਵੱਡੀਆਂ ਬਿਲਡਿੰਗਸ ਨੇ, ਮੋਹਾਲੀ ਦੇ ਬਹੁਤ ਇਲੀਟ ਜਿਹੜਾ ਥਾਂ ਆ, ਇੱਕ ਵਾਰੀ ਖੱਬੇ ਵੀ ਦਿਖਾਇਓ, ਬਹੁਤ ਮਹਿੰਗੇ ਥਾਂ ਦੇ ਉੱਤੇ, ਮੋਹਾਲੀ ਦੇ ਬਹੁਤ ਮਹਿੰਗੇ ਥਾਂ ਦੇ ਖੜੇ ਹਾਂ। ਇੱਥੇ ਇੱਕ ਫਲੈਟ ਵੀ ਕਰੋੜਾਂ ਰੁਪਿਆਂ ਦਾ, ਤਾਂ ਇਹਨਾਂ ਕਰੋੜਾਂ ਰੁਪਿਆਂ ਦੀ ਪ੍ਰੋਪਰਟੀਜ਼ ਦੇ ਵਿੱਚ ਪਿੰਡੋਂ ਉੱਠ ਕੇ ਕੈਨੇਡਾ ਨੂੰ ਠੋਕਰ ਮਾਰ ਕੇ ਇੱਥੇ ਰੇੜੀ ਲਾ ਰਹੇ ਹੋ, ਐ ਨਹੀਂ ਮਨ 'ਚ ਆਉਂਦਾ ਜੇ ਕੈਨੇਡਾ ਗਏ ਹੁੰਦੇ ਆਹ ਆਪਣੇ ਫਲੈਟ ਹੋਣੇ ਸੀ। ਸਿੰਘਾ ਭਾਅ ਜੀ ਆਉਂਦੇ ਨੇ ਸਾਡੇ ਲਵੇ, ਸਿੰਘਾ ਭਾਅ ਜੀ ਦਾ ਸੂਟ ਵੀ ਲੱਗ ਗਿਆ ਨੈਟਰ ਦੇ ਉੱਤੇ, ਸਾਰਾ ਆਰਡਰ ਬਣ, ਔਰ ਆਪਣੇ ਰਣਬੀਰ ਦਾ ਪ੍ਰੈਸਰ ਦਾ ਹੋਰ ਆ ਗਏ, ਜੱਸੀ ਗਿੱਲ ਹੋਰ ਆ ਜਾਂਦੇ ਨੇ, ਸਿੰਗਰ ਬਹੁਤ ਗੇੜੇ ਮਾਰਦੇ ਨੇ, ਗੁਰਨਜਰ ਚੱਡਾ ਉਹਦੇ ਮੰਮੀ ਡੈਡੀ ਵੀ ਇੱਥੇ ਆਏ ਚੱਟਾ ਜਿਹੜੇ ਸਿੰਗਰ ਨੇ। ਭੈਣੇ ਕਿਵੇਂ ਲੱਗਦਾ ਜਦੋਂ ਇੱਥੇ ਸਿੰਘਾ ਰੋਟੀ ਖਾਣ ਆਉਂਦਾ, ਜੱਸੀ ਗਿੱਲ ਤੁਹਾਡੇ ਕੋਲ ਰੋਟੀ ਖਾਣ ਆਉਂਦਾ, ਨਾਲੇ ਭੈਣ ਭੈਣ ਕਹਿ ਕੇ ਸਤਿਕਾਰ ਵੀ ਕਰਦੇ? ਹਾਂਜੀ ਵੀਰੇ, ਬਿਲਕੁਲ ਬਹੁਤ ਵਧੀਆ ਲੱਗਦਾ, ਹੈ ਨਾ, ਵੀ ਆਰਟਿਸਟ ਨੇ ਜਿਹੜੇ ਕਿਤੇ ਨਾ ਕਿਤੇ ਵੱਡੇ ਵੱਡੇ ਰੈਸਟੋਰੈਂਟਾਂ 'ਚ ਵੀ ਖਾ ਸਕਦੇ ਨੇ, ਉਹ ਰੈਸਟੋਰੈਂਟਾਂ ਨੂੰ ਛੱਡ ਕੇ ਆਪਣੇ ਲਈ ਖਾਣਾ ਖਾਣ ਆਉਂਦੇ ਨੇ, ਪੰਜਾਬੀ ਅਤੇ ਦੇਸੀ ਖਾਣਾ। ਮਾਂ ਬੋਲੀ ਨੂੰ ਵੀ ਸਾਂਭਿਆ, ਜੇ ਪੰਜਾਬ ਦਾ ਸਵਾਦ ਸਾਂਭਿਆ ਤਾਂ ਮਾਂ ਬੋਲੀ ਨੂੰ ਵੀ ਸਾਂਭਿਆ, ਊੜਾ ਆੜਾ ਕਿੰਨਾ ਸੋਹਣਾ ਲੱਗਦਾ ਪੰਜਾਬ ਦੇ ਨਕਸ਼ੇ 'ਚ। ਇੱਕ ਵਾਰ ਫੋਰਨ ਜਾਣ ਦੀ ਬਜਾਏ ਆਪਣੇ ਪੰਜਾਬ 'ਚ ਹੀ ਕਰਕੇ ਦੇਖਣਾ ਚਾਹੀਦਾ ਕੰਮ, ਕਿਉਂਕਿ ਕਿਤੇ ਨਾ ਕਿਤੇ, ਹੈ ਨਾ, ਜਦੋਂ ਪਰਦੇਸੀ ਵੀ ਆਪਣੇ ਪੰਜਾਬ 'ਚ ਆ ਕੇ ਉਹ ਕਿੱਤਾ ਕਰ ਹੀ ਰਹੇ ਆ, ਆਪਾਂ ਕਿਉਂ ਨਹੀਂ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰ ਸਕਦੇ, ਵੀ ਆਪਾਂ ਨੂੰ ਸ਼ੇਮ ਹੈ ਜਿਹੜੀ ਉਹ ਫੀਲ ਨਹੀਂ ਕਰਨੀ ਚਾਹੀਦੀ ਕੰਮ 'ਚ। ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਆ ਮਿੱਟੀ ਵਾਲਾ ਕਰਨ, ਮੋਹਾਲੀ ਐਸੀ ਤਸਵੀਰ ਦਿਖਾਉਂਗਾ ਕਿ ਜੇ ਤੁਹਾਡਾ ਮਿੱਟੀ ਨਾਲ ਮੋਹ ਤੇ ਹੋਰ ਵੱਧ ਜੂ, ਕਿਉਂਕਿ ਬਾਹਰ ਜਾਣ ਦਾ ਸਾਡੇ ਕੋਲ ਰੁਝਾਨ ਹੈ। ਸਾਡੇ ਨਾਲ ਭੈਣ ਹੋਣੀ ਨੇ PB31 ਟਰੋਲੀ ਚਲਾਉਂਦੇ, ਆਇਲਸ ਵੀ ਕਲੀਅਰ ਆ, ਬਾਹਰ ਜਾਣ ਦੇ ਪੂਰੇ ਮੌਕੇ, ਕੈਨੇਡਾ ਜਾਣ ਦਾ ਰਾਹ ਬਿਲਕੁਲ ਸਾਫ਼ ਹੋ ਗਿਆ, ਪਰ ਉਸ ਰਾਹ ਨੂੰ ਠੋਕਰ ਮਾਰ ਕੇ ਕਹਿੰਦੇ ਇੱਕ ਵਾਰੀ ਪੰਜਾਬ 'ਚ ਕਿਸਮਤ ਅਜਮਾਉਣੀ ਹੈ। ਸਤਿ ਸ਼੍ਰੀ ਅਕਾਲ ਭੈਣੇ, ਕੀ ਸਤਿ ਸ਼੍ਰੀ ਅਕਾਲ ਵੀਰੇ ਬਾਜੀ, ਕੀ ਨਾਂ ਤੁਹਾਡਾ? ਮੇਰਾ ਸੋਨੀਆ ਸ਼ਰਮਾ ਜੀ। ਅੱਛਾ, ਹਾਂਜੀ, ਜੇ ਮੈਂ ਗਲਤ ਨਹੀਂ ਤੇ ਤੁਸੀਂ ਸਕੇ ਭਾਬੀ ਹੋ ਆਰਨੀਤ ਦੇ? ਹਾਂਜੀ ਵੀਰੇ, ਕਜ਼ਨ ਬਰੋ ਨੇ ਮੇਰੇ ਹਸਬੈਂਡ ਦੇ ਆਰਨੀ। ਅੱਛਾ, ਹਾਂਜੀ, ਜਿਵੇਂ ਮੈਂ ਸ਼ੁਰੂ ਦੇ ਵਿੱਚ ਕਿਹਾ ਕਿ ਬਾਹਰ ਜਾਣ ਦਾ ਮੌਕਾ ਵੀ ਸੀਗਾ, ਬੈਂਡਸ ਵੀ, ਆਇਲਸ ਵੀ ਕਲੀਅਰ ਹੋ ਗਈ, ਤੇ ਫਿਰ ਕੀ ਮਨ ਚ ਆ ਵੀ ਨਹੀਂ ਜਾਣਾ? ਵੀਰੇ ਦੇਖੋ, ਜਿਵੇਂ ਅੱਜ ਕੱਲ ਹੈ ਨਾ ਆਪਣੇ ਪੰਜਾਬ ਦੇ ਵਿੱਚ ਟ੍ਰੈਂਡ ਬਣਿਆ ਹੋਇਆ, ਲੋਕੀ ਆਇਲਸ ਕਰਕੇ ਫੋਰਨ ਜਾ ਰਹੇ ਨੇ, ਹੈ ਨਾ, ਮੇਰੇ ਵੀ ਮਨ ਦੇ ਵਿੱਚ ਖਿਆਲ ਆਇਆ ਵੀ ਮੈਂ ਵੀ ਕਿਉਂ ਨਾ ਆਇਲਸ ਕਰਕੇ ਫੋਰਨ ਚਲੀ ਜਾਵਾਂ, ਉੱਥੇ ਜਾ ਕੇ ਵਧੀਆ ਆਪਣੇ ਫਿਊਚਰ ਹੈ ਜਿਹੜਾ ਉਹ ਬ੍ਰਾਈਟ ਕਰਾਂਗੇ, ਤੇ ਬਟ ਜਦ ਜਾਣ ਦਾ ਟਾਈਮ ਆਉਂਦਾ ਉਦੋਂ ਬੰਦਾ ਕਿਤੇ ਨਾ ਕਿਤੇ ਜ਼ਰੂਰ ਸੋਚਦਾ, ਹੈ ਨਾ। ਜਦ ਮੈਂ ਫਾਈਲ ਅਪਲਾਈ ਕਰਨ ਲੱਗੀ ਤਾਂ ਸੋਚਿਆ ਵੀ ਕਿਉਂ ਨਾ ਇੱਕ ਵਾਰ, ਹੈ ਨਾ, ਆਪਣੇ ਪੰਜਾਬ ਦੇ ਵਿੱਚ ਹੀ ਕੰਮ ਹੈ ਜਿਹੜਾ ਉਹ ਸਟਾਰਟਅਪ ਕੀਤਾ ਜਾਵੇ। ਅਸੀਂ ਬਿਲਕੁਲ, ਹੈ ਨਾ, ਛੋਟੇ ਜਿਹੇ ਲੈਵਲ ਤੋਂ ਹੀ ਸਟਾਰਟਅਪ ਕਰਿਆ ਸੀ, ਉਹਨੂੰ ਸਟੈਪ ਬਾਏ ਸਟੈਪ ਡਿਵੈਲਪ ਕੀਤਾ। ਹਾਂਜੀ, ਫਿਰ ਐ ਨਹੀਂ ਆਇਆ ਮਨ 'ਚ ਵੀ ਕੈਨੇਡਾ ਜਾਂਦੇ ਉੱਥੇ ਤਾਂ ਡਾਲਰ ਕਮਾਉਣੇ ਸੀਗੇ, ਉਰੇ ਰੁਪਈਏ ਰੁਪਈਏ ਲਈ ਮਰਨਾ ਪੈਂਦਾ?
ਨਹੀਂ ਵੀਰੇ, ਇਹ ਤਾਂ ਆਪਣੀ ਆਪਣੀ ਥਿੰਕਿੰਗ ਹੈ, ਹੈ ਨਾ, ਪਰ ਆਪਾਂ ਕਿਤੇ ਨਾ ਕਿਤੇ ਕੰਮ ਕਰਨ ਤੋਂ ਇੱਥੇ ਆ ਜਿਹੜਾ ਉਹ ਡਰਦੇ ਹਾਂ। ਫਸਟ ਆਫ ਆਲ ਤਾਂ ਵੀ ਲੋਕ ਕੀ ਕਹਿਣਗੇ, ਛੋਟੇ ਤੋਂ ਛੋਟਾ ਕੰਮ ਕਰਨ ਤੋਂ ਆਪਾਂ ਸ਼ਰਮ ਮੰਨਦੇ ਹਾਂ। ਫਿਰ ਸੋਚਿਆ ਵੀ ਕੈਨੇਡਾ ਜਾ ਕੇ ਵੀ ਕਰਨਾ ਤਾਂ ਕੰਮ ਹੀ ਹੈ, ਉੱਥੇ ਕੋਈ ਆਪਣੇ ਵਾਸਤੇ ਜੋਬ ਜਾਂ ਸਰਕਾਰੀ ਜੋਬ ਕੋਈ ਅਵੇਲੇਬਲ ਤਾਂ ਹੈ ਨਹੀਂ, ਕਰਨਾ ਤਾਂ ਉੱਥੇ ਵੀ ਰੈਸਟੋਰੈਂਟਾਂ 'ਚ ਕੰਮ ਹੈ, ਹੋਰ ਕਿਤੇ ਕੋਈ ਵੀ ਕੰਮ ਉੱਥੇ ਆਪਾਂ ਨੂੰ ਲੱਭਣਾ ਪੈਣਾ ਜਾ ਕੇ। ਅਤੇ ਫਿਰ ਕਿਉਂ ਨਾ ਵੀ ਇੱਕ ਵਾਰ ਆਪਾਂ ਆਪਣੇ ਪੰਜਾਬ ਦੇ ਵਿੱਚ ਕਰਕੇ ਦੇਖੀਏ, ਛੋਟੇ ਜਿਹੇ ਲੈਵਲ ਤੋਂ ਬਿਲਕੁਲ। ਹਾਂਜੀ ਚਲੋ, ਇਹ ਮਨ ਸੀਗਾ ਵੀ ਕੈਨੇਡਾ ਜਿਹੜਾ ਕਰਨਾ ਕੇ ਨਾ ਇੱਥੇ ਕਰ ਲਈਏ, ਲੋਕ ਤਾਂ ਲੋਕ ਕੀ ਕਹਿਣਗੇ। ਤੁਸੀਂ ਕਿਹਾ ਵੀ ਪਹਿਲਾ ਡਰ ਹੁੰਦਾ ਲੋਕ ਕੀ ਕਹਿਣਗੇ, ਤੁਹਾਨੂੰ ਲੋਕ ਕੀ ਬੜੇ ਮਿਹਨੇ ਦਿੰਦੇ ਰਹੇ ਆ, ਇੰਨਾ ਟਾਈਮ ਹੋ ਗਿਆ, ਕੀ ਕਹਿੰਦੇ ਨੇ ਰਿਸ਼ਤੇਦਾਰਾਂ ਦਾ ਬੜਾ ਮਿਹਣਾ ਹੁੰਦਾ ਵੀ ਨਾ ਪੜ੍ਹੇ ਹੋ, ਆਇਲਸ ਕਲੀਅਰ ਆ, ਤੇ ਹੁਣ ਜੇ ਲਾਉਣੀ ਰੇੜੀ ਸੀ ਤਾਂ ਇੰਨਾ ਕਾਹਦੀ ਪੜ੍ਹਾਇਆ। ਅਸਲ ਦੇ ਵਿੱਚ ਵੀਰੇ, ਮੈਂ ਜਿਹੜੀ ਆਪਣੀ ਸਟੱਡੀ ਹੈ ਉਹ ਆਫਟਰ ਮੈਰਿਜ ਹੀ ਕੰਪਲੀਟ ਕੀਤੀ ਹੈ, ਹੈ ਨਾ। ਪਹਿਲੀ ਗੱਲ ਤਾਂ ਵੀ ਵਿਆਹ ਤੋਂ ਬਾਅਦ ਇਹਨੇ ਸਟੱਡੀ ਕਰਕੇ ਕਿਹੜਾ ਹੀ ਟੀਚਰ ਲੱਗੂਗੀ, ਇਹ ਮਿਹਣਾ ਸੀ। ਚੱਲ ਕਿਤੇ ਨਾ ਕਿਤੇ ਉਹ ਮਿਹਣਿਆਂ ਤੋਂ ਡਰਦੇ, ਹੈ ਨਾ, ਆਪਾਂ ਫੋਰਨ ਭੱਜਦੇ ਸੀਗੇ ਵੀ ਹਾਂ ਮੈਂ ਫੋਰਨ ਜਾ ਕੇ ਕੋਈ ਨਾ ਕੋਈ ਡਾਲਰ ਕਮਾਊਂਗੀ। ਫਿਰ ਸੋਚਿਆ ਵੀ ਕਿਉਂ ਨਾ ਇੱਥੇ ਹੀ ਕੰਮ ਕਰਕੇ ਦਿਖਾਵਾਂ ਮੈਂ ਵੀ, ਹਾਂ ਜੇ ਮੈਂ ਪੜ੍ਹ ਕੇ ਟੀਚਰ ਨਹੀਂ ਲੱਗੀ ਤਾਂ ਆਪਣਾ ਖੁਦ ਦਾ ਬਿਜ਼ਨਸ ਤਾਂ ਕਰ ਰਹੀ ਹਾਂ। ਹਾਂਜੀ ਫਿਰ ਅੱਜ ਜਦੋਂ ਆਪ ਭਾਂਡੇ ਮਾਂਜ ਰਹੇ ਹੁੰਦੇ ਹੋ। ਹਾਂਜੀ ਵੀਰੇ ਬਿਲਕੁਲ, ਮੈਂ ਆਪ ਭਾਂਡੇ ਧੋਨੀ ਹਾਂ, ਕਿਤੇ ਨਾ ਕਿਤੇ ਮੈਨੂੰ ਮਿਹਣੇ ਵੀ ਵੱਜਦੇ ਨੇ ਇਸ ਗੱਲ ਦੇ, ਹੈ ਨਾ, ਵੀ ਤੂੰ ਆਪ ਭਾਂਡੇ ਧੋਨੀ ਹੈ, ਕਿਉਂ ਫੋਰਨ ਜਾ ਕੇ ਵੀ ਤਾਂ ਭਾਂਡੇ ਧੋਣੇ ਨੇ, ਉੱਥੇ ਆਪਾਂ ਨੂੰ ਕੋਈ ਮਿਹਣਾ ਨਹੀਂ। ਪਰ ਜਦਕਿ ਜੇ ਆਪਾਂ ਆਪਣੇ ਪੰਜਾਬ ਦੇ ਵਿੱਚ ਹੀ ਰਹਿ ਕੇ ਆਪਣੇ ਕੰਮ ਦੇ ਵਿੱਚ ਆਪਣੇ ਭਾਂਡੇ ਧੋਣੇ ਆ, ਤਾਂ ਕਿਤੇ ਨਾ ਕਿਤੇ ਲੋਕ ਹਾਲੇ ਵੀ ਮਿਹਣੇ ਮਾਰਦੇ ਨੇ ਵੀ ਤੁਸੀਂ ਭਾਂਡੇ ਧੋਨੇ ਹੋ। ਹਾਂਜੀ ਕਿਰਤ ਦਾ ਸਿਧਾਂਤ ਸਾਡੇ ਕੋਲ ਪੰਜਾਬ 'ਚ, ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕਿਰਤ ਕਰਨਾ ਸਿਖਾਇਆ ਵੀ ਹੱਥੀਂ ਮਿਹਨਤ ਕਰੋ, ਤੇ ਮਾਣ ਹੁੰਦਾ ਵੀ ਜਦੋਂ ਕਿਰਤ ਕਰਦੇ। ਹਾਂਜੀ ਵੀਰੇ ਬਿਲਕੁਲ, ਕਿਉਂਕਿ ਆਪਾਂ ਨੂੰ ਗੁਰੂ ਸਾਹਿਬਾਨ ਨੇ ਕਿਰਤ ਕਰਨੀ ਵੰਡ ਛਕਣਾ ਸਿਖਾਇਆ, ਜੇ ਆਪਾਂ ਨੂੰ ਹੱਥੀਂ ਕਿਰਤ ਕਰਨ ਦਾ ਕੋਈ ਮਿਹਣਾ ਨਹੀਂ, ਕਿਉਂਕਿ ਹੱਥੀਂ ਕਿਰਤ ਕਰਕੇ ਦਸੇ ਨੌਂ ਦੀ ਕਿਰਤ ਆਪਾਂ ਨੂੰ ਗੁਰੂ ਸਾਹਿਬਾਨ ਨੇ ਜਿਹੜੇ ਉਹ ਸਿਖਾ ਕੇ ਗਏ ਨੇ, ਸੋ ਦੈਟ ਉਹ ਮੈਂ ਕਰ ਰਹੀ ਹਾਂ, ਹੈ ਨਾ, ਮੈਨੂੰ ਬਹੁਤ ਵਧੀਆ ਲੱਗਦਾ। ਸ਼ਾਮ ਨੂੰ ਫਿਰ ਨੀਂਦ ਵਧੀਆ ਆਉਂਦੀ ਹੋਣੀ ਜਦੋਂ ਪੂਰੀ ਮਿਹਨਤ ਕਰਕੇ ਹੈ, ਪਤਾ ਵੀ ਹਾਂ ਅੱਜ ਜਿਹੜੀ ਜੇਬ 'ਚ ਪੈਸੇ ਨੇ ਦਹਾਂ ਨੌਂਹਾਂ ਦੀ ਕਮਾਈ ਯਾਰ, ਸੋਹਣੀ ਨੀਂਦ ਸੌਂਦੇ ਹੋ। ਹਾਂਜੀ ਵੀਰੇ ਬਿਲਕੁਲ, ਥੱਕਿਆ ਹੋਇਆ ਨੂੰ ਪਤਾ ਹੀ ਨਹੀਂ ਲੱਗਦਾ ਕਿੱਥੇ ਸੋ ਜਾਂਦੇ ਆ, ਹੈ ਨਾ, ਕਿਉਂਕਿ ਕੰਮ ਹੀ ਇੰਨਾ ਜ਼ਿਆਦਾ ਹੁੰਦਾ ਵੀ ਥੱਕ ਜਾਂਦੇ ਆ ਸਾਰਾ ਦਿਨ। ਸੁਪਨਾ ਹੁੰਦਾ ਵਾ, ਇੱਕ ਵਾਰੀ ਰਾਹੁਲ ਜੀ ਜੇ ਪਿੱਛੇ ਦਿਖਾਓ ਤਾਂ ਆਹ ਵੱਡੀਆਂ ਵੱਡੀਆਂ ਬਿਲਡਿੰਗਸ ਨੇ, ਮੋਹਾਲੀ ਦੇ ਬਹੁਤ ਇਲੀਟ ਜਿਹੜਾ ਥਾਂ ਆ, ਇੱਕ ਵਾਰੀ ਖੱਬੇ ਵੀ ਦਿਖਾਇਓ, ਬਹੁਤ ਮਹਿੰਗੇ ਥਾਂ ਦੇ ਉੱਤੇ, ਮੋਹਾਲੀ ਦੇ ਬਹੁਤ ਮਹਿੰਗੇ ਥਾਂ ਦੇ ਖੜੇ ਆ। ਇੱਥੇ ਇੱਕ ਫਲੈਟ ਵੀ ਕਰੋੜਾਂ ਰੁਪਿਆਂ ਦਾ, ਤਾਂ ਇਹਨਾਂ ਕਰੋੜਾਂ ਰੁਪਿਆਂ ਦੀ ਪ੍ਰੋਪਰਟੀਜ਼ ਦੇ ਵਿੱਚ ਪਿੰਡੋਂ ਉੱਠ ਕੇ ਕੈਨੇਡਾ ਨੂੰ ਠੋਕਰ ਮਾਰ ਕੇ ਤੇ ਇੱਥੇ ਰੇੜੀ ਲਾ ਰਹੇ ਹੋ, ਐ ਨਹੀਂ ਮਨ ਚਾਹੁੰਦਾ ਜੇ ਕੈਨੇਡਾ ਗਏ ਹੁੰਦੇ ਆਹ ਆਪਣੇ ਫਲੈਟ ਹੋਣੇ ਸੀਗੇ। ਨਹੀਂ ਵੀਰੇ ਦੇਖੋ, ਕਰਨਾ ਤਾਂ ਉੱਥੇ ਜਾ ਕੇ ਵੀ ਕੰਮ ਹੁੰਦਾ, ਹੈ ਨਾ, ਉੱਥੇ ਕਿਹੜਾ ਦਰਖਤਾਂ ਨੂੰ ਰੁਪਈਏ ਲੱਗੇ ਹੁੰਦੇ ਆ ਵੀ ਆਪਾਂ ਤੋੜ ਕੇ ਗੱਦ ਦਿੰਦੇ ਫਲੈਟ ਲੈ ਲਾਂਗੇ, ਮਿਹਨਤ ਤਾਂ ਉੱਧਰ ਵੀ ਕਰਨੀ। ਉੱਥੇ ਇੱਕ ਨਾ 20-20 ਰੁਪਈਏ ਦੇ 80 ਬਣ ਜਾਂਦੇ। ਕੋਈ ਗੱਲ ਨਹੀਂ ਵੀਰੇ, ਆਪਣੇ ਪੰਜਾਬ 'ਚ ਵੀ ਅਦਰਵਾਈਜ਼ ਬੰਦਾ ਮਿਹਨਤੀ ਹੋਣਾ ਚਾਹੀਦਾ, ਬਹੁਤ ਕੁਛ ਕਰ ਸਕਦਾ, ਬਹੁਤ ਕੁਛ। ਸੋ ਇਹ ਆ ਪੰਜਾਬ ਦੇ ਰਾਖੇ, ਕਹਿੰਦੇ ਪੰਜਾਬ 'ਚ ਮਿਹਨਤ ਕਰਾਂਗੇ। ਆ ਬਾਈ ਹੋਣੀ ਇਹਨਾਂ ਦੇ ਹਸਬੰਡ ਨੇ, ਆਰਨੇਤ ਦੇ, ਤੁਸੀਂ ਦੱਸਿਆ ਕਿ ਭਾਈ ਹੋ। ਹਾਂਜੀ ਹਾਂਜੀ ਵੀਰੇ, ਸਤਿ ਸ੍ਰੀ ਅਕਾਲ ਵੀਰੇ। ਸਤਿ ਸ੍ਰੀ ਅਕਾਲ। ਕੀ ਨਾਮ ਤੁਹਾਡਾ? ਮੇਰਾ ਦੀਪਰਾ ਸ਼ਰਮਾ, ਮੇਰੇ ਪਿੰਡ ਮੇਰਾ ਧਨਪੁਰਾ, ਜ਼ਿਲ੍ਹਾ ਮਾਨਸਾ ਜੀ। ਅੱਛਾ ਹਾਂਜੀ ਜੀ। ਆ ਫਿਰ ਜਦੋਂ ਆਪਾਂ ਲਾਉਂਦੇ ਹਾਂ ਕੰਮ, ਕਲੇਸ਼ ਬਹੁਤ ਪੈਂਦੇ, ਹੈ ਨਾ, ਕੋਈ ਕੋਈ ਲੜਾਈ ਹੋ ਗਈ, ਫਿਰ ਤੁਹਾਡਾ ਭਰਾ ਕਹਿੰਦੇ ਭੱਜਾ ਯਾਰ ਨੇ ਤੁਹਾਡੀ ਅੱਜ ਮਦਦ ਵਾਸਤੇ? ਨਾ ਕਰਦੇ ਨੇ ਫਿਰ ਸਾਰੇ, ਮੈਂ ਇੱਥੇ ਸਾਰੀ ਸਪੋਰਟ ਕਰਦੇ ਨੇ, ਜਿੰਨੇ ਵੀ ਇੱਥੇ ਇੰਡਸਟਰੀ 'ਚ ਬੰਦੇ ਨੇ ਸਾਰੇ ਬਹੁਤ ਸਪੋਰਟ ਕਰਦੇ ਨੇ ਪੰਜਾਬੀ ਬੰਦੇ ਨੇ। ਆਪਣੇ ਕੋਲ ਇੱਥੇ ਕਿਹੜੇ ਕਿਹੜੇ ਸਿੰਗਰ ਆਉਂਦੇ? ਸਾਰੇ ਆਉਂਦੇ ਟੋਟਲ ਵੀਰੇ, ਜਿੰਨਾ ਵੀ ਗੇੜਾ ਇੱਧਰ 89 ਦੇ ਸੈਕਟਰ, ਇੱਧਰ ਮਿਊਜ਼ਿਕ ਕੰਪਨੀ ਆ ਗਈ, ਸਾਰੇ ਇੱਧਰ ਗੇੜਾ ਜ਼ਰੂਰ ਮਾਰਦੇ ਨੇ। ਸਿੰਘਾ ਭਾਜੀ ਆਉਂਦੇ ਨੇ ਸਾਡੇ, ਲਵੈ ਸਿੰਘਾ ਭਾਜੀ ਦਾ ਸੂਟ ਵੀ ਲਾ ਕੇ ਆਏ ਸੀ ਨੈਟਰ ਦੇ ਉੱਤੇ, ਸਾਰਾ ਔਡਰ ਦਾ ਜੀ।
ਔਰ ਆਪਣੇ ਰਣਬੀਰ ਦਾ ਪ੍ਰੈਸਰ ਦਾ ਹੋਰ ਆ ਗਏ, ਜੱਸੀ ਗਿੱਲ ਹੋਰ ਆ ਜਾਂਦੇ ਨੇ ਜੀ, ਸਿੰਗਰ ਬਹੁਤ ਗੇੜੇ ਮਾਰਦੇ ਨੇ। ਗੁਰਨਜਰ ਚੱਡਾ ਉਹਦੇ ਮੰਮੀ ਡੈਡੀ ਵੀ ਇੱਥੇ ਹੀ ਆਏ, ਚੱਟਾ ਜਿਹੜੇ ਸਿੰਗਰ ਨੇ ਜੀ ਉਹਦੇ ਮੰਮੀ ਡੈਡੀ ਆਉਂਦੇ ਨੇ, ਆਪ ਵੀ ਆਉਂਦੇ ਨੇ ਜੀ। ਬਾਕੀ ਮੇਰੇ ਔਨਲਾਈਨ ਜੋਬ ਕਰਨ ਨਾਲ ਵਧੀਆ ਕਨੈਕਟ ਬਣਿਆ ਸਿੰਗਰਾਂ ਨਾਲ ਜੀ। ਭੈਣੇ ਕਿਵੇਂ ਲੱਗਦਾ ਜਦੋਂ ਇੱਥੇ ਸਿੰਘਾ ਰੋਟੀ ਖਾਣ ਆਉਂਦਾ, ਜੱਸੀ ਗਿੱਲ ਤੁਹਾਡੇ ਕੋਲ ਰੋਟੀ ਖਾਣ ਆਉਂਦਾ, ਨਾਲੇ ਭੈਣ ਭੈਣ ਕਹਿ ਕੇ ਸਤਿਕਾਰ ਵੀ ਕਰਦੇ? ਹਾਂਜੀ ਵੀਰੇ ਬਿਲਕੁਲ, ਬਹੁਤ ਵਧੀਆ ਲੱਗਦਾ ਹੈ ਨਾ ਵੀ ਆਰਟਿਸਟ ਨੇ ਜਿਹੜੇ ਕਿਤੇ ਨਾ ਕਿਤੇ ਵੱਡੇ ਵੱਡੇ ਰੈਸਟੋਰੈਂਟਾਂ 'ਚ ਵੀ ਖਾ ਸਕਦੇ ਨੇ, ਉਹ ਰੈਸਟੋਰੈਂਟਾਂ ਨੂੰ ਛੱਡ ਕੇ ਆਪਣੇ ਲਈ ਵੀ ਖਾਣਾ ਖਾਣ ਆਉਂਦੇ ਨੇ, ਪੰਜਾਬੀ ਅਤੇ ਦੇਸੀ ਖਾਣਾ ਤਾਂ ਬਹੁਤ ਵਧੀਆ। ਸੋ ਇਹਨਾਂ ਨੇ ਰੇਹੜੀ ਦੇ ਵਿੱਚ ਸਿਰਫ ਪੰਜਾਬ ਦਾ ਰਵਾਇਤੀ ਖਾਣਾ ਹੀ ਨਹੀਂ ਸਾਂਭਿਆ, ਸਗੋਂ ਪੰਜਾਬ ਦੇ ਮੂਸੇ ਵਾਲੇ ਨੂੰ ਵੀ ਸਾਂਭਿਆ। ਪੀਬੀ ਕੱਤੀ ਮੂਸੇ ਵਾਲੇ ਦੀ ਇੰਨੀ ਸੋਹਣੀ ਫੋਟੋ ਲਾਈ ਥੱਲੇ ਲਿਖਿਆ ਟਿੱਬਿਆਂ ਦਾ ਪੁੱਤ, ਤਾਂ ਰਾਹੁਲ ਜੀ ਆਹ ਵੀ ਦਿਖਾਓ ਕਿ ਮਾਂ ਬੋਲੀ ਨੂੰ ਵੀ ਸਾਂਭਿਆ, ਜੇ ਪੰਜਾਬ ਦਾ ਸਵਾਦ ਸਾਂਭਿਆ ਤਾਂ ਮਾਂ ਬੋਲੀ ਨੂੰ ਵੀ ਸਾਂਭਿਆ। ਊੜਾ ਆੜਾ ਕਿੰਨਾ ਸੋਹਣਾ ਲੱਗਦਾ ਪੰਜਾਬ ਦੇ ਨਕਸ਼ੇ 'ਚ ਭੈਣੇ, ਇਹ ਊੜਾ ਆੜਾ ਅੱਜ ਕੱਲ੍ਹ ABC ਤੋਂ ਬੱਚੇ ਹੈ ਨਾ ਆਉਂਦੇ, ਥੋੜ੍ਹਾ ਅੱਗੇ ਆ ਜਾਓ, ਇਹ ਕਿਵੇਂ ਮਨ 'ਚ ਆਇਆ ਕਿ ਪੰਜਾਬ ਦੀ ਵਿਰਾਸਤ ਦੇ ਨਾਲ ਨਾਲ ਆਹ ਚੀਜ਼ਾਂ ਵੀ ਨਾਲ? ਕਿਉਂਕਿ ਵੀਰੇ ਅੱਜ ਕਿਤੇ ਨਾ ਕਿਤੇ ਹੈ ਨਾ ਨਿਊ ਜਨਰੇਸ਼ਨ ਨੂੰ ਸਟਾਰਟਿੰਗ ਟਾਈਮ ਤੋਂ ਨਹੀਂ ਸਿਖਾਇਆ ਜਾ ਰਿਹਾ, ਆਪਾਂ CBSE ਬੋਰਡ ਦੇ ਚੱਕਰ 'ਚ ਪਏ ਹੋਏ ਹਾਂ, ਉਹਨਾਂ ਨੂੰ ABC ਤੋਂ ਹੀ ਸਟਾਰਟਅਪ ਕੀਤਾ ਜਾ ਰਿਹਾ, ਆਪਾਂ ਊੜੇ ਆੜੇ ਨੂੰ ਪਹਿਲ ਦਿੱਤੀ ਹੈ, ਕਿਤੇ ਨਾ ਕਿਤੇ ਵੀ ਇਹ ਆਪਣੀ ਪੰਜਾਬੀ ਮਾਂ ਬੋਲੀ ਹੈ ਜਿਹੜਾ ਇਹਨੂੰ ਸਾਂਭ ਕੇ ਰੱਖਣੀ ਚਾਹੀਦੀ ਹੈ। ਬਿਲਕੁਲ, ਬਹੁਤ ਸੋਹਣੀਆਂ ਚੀਜ਼ਾਂ ਲਿਖੀਆਂ ਨੇ, ਪਰਦੇਸਾਂ ਵਿੱਚ ਪੰਜਾਬ ਨਹੀਂ ਹੋਣਾ, ਸਹੀ ਗੱਲ ਹੈ, ਪਰਦੇਸਾਂ ਇਸ ਤੁਸੀਂ ਕੈਨੇਡਾ ਚੱਲੇ ਸੀਗੇ, ਆਹੀ ਗੱਲ ਦਿਮਾਗ 'ਚ ਆਈ ਵੀ ਪਰਦੇਸਾਂ 'ਚ ਪੰਜਾਬ ਨਹੀਂ ਹੋਣਾ, ਇਸ ਲਈ ਇੱਥੇ ਰੇਹੜੀ ਲਾਉਣੀ ਚੰਗੀ ਸੀ? ਹਾਂਜੀ ਵੀਰੇ, ਇਹ ਮੈਂ ਸੌਂਗ ਸੁਣਿਆ ਸੀਗਾ ਵੀ ਪਰਦੇਸਾਂ ਵਿੱਚ ਪੰਜਾਬ ਨਹੀਂ ਹੋਣਾ, ਇਹ ਚੀਜ਼ ਤਾਂ ਫਿਰ ਸੋ ਦੈਟ ਮੈਨੂੰ ਬਹੁਤ ਵਧੀਆ ਲੱਗੀ ਵੀ, ਕਿਉਂਕਿ ਕਿਤੇ ਨਾ ਕਿਤੇ ਜਿਹੜਾ ਸਕੂਨ ਪੰਜਾਬ ਦੇ ਵਿੱਚ ਅੱਜ ਹੈਗਾ ਉਹ ਆਪਾਂ ਗੁਆ ਕੇ ਸਾਰਾ ਪਰਦੇਸਾਂ ਨੂੰ ਚੱਲੇ ਹਾਂ, ਉਹ ਸਕੂਨ ਆਪਾਂ ਨੂੰ ਉੱਥੇ ਨਹੀਂ, ਉੱਥੇ ਡਾਲਰ ਮਿਲ ਸਕਦੇ ਆ, ਸਕੂਨ ਕਦੇ ਨਹੀਂ ਮਿਲ ਸਕਦਾ, ਸਕੂਨ ਨਹੀਂ ਕਦੀ ਮਿਲ ਸਕਦਾ। ਜਿਵੇਂ ਜਿਵੇਂ ਕਿਉਂਕਿ 2.5 ਸਾਲ ਹੋ ਗਏ ਵੀਰੇ ਸਾਨੂੰ, ਜਿਵੇਂ ਜਿਵੇਂ ਕੰਮ ਵੱਧ ਰਿਹਾ, ਅੱਜ ਦੀ ਨੀ ਆਸ ਸੀ ਕੱਲ ਦਿੱਤਾ ਤੂੰ, ਮਿਹਨਤ ਦਾ ਦੂਣਾ ਤਿੰਨਾ ਫਲ ਦਿੱਤਾ ਤੂੰ, ਮੂਸੇ ਵਾਲੇ ਦਾ ਗਾਣਾ ਇਹ, ਮੂਸੇ ਵਾਲੇ ਦੇ ਗਾਣੇ ਬੜੀ ਹਿੰਮਤ ਦਿੰਦੇ ਨਾ ਬੰਦੇ। ਹਾਂਜੀ ਵੀਰੇ, ਉਹਨਾਂ ਦੇ ਸਾਰੇ ਗਾਣੇ ਜਿਹੜੇ ਮੋਟੀਵੇਸ਼ਨਲ ਹੁੰਦੇ ਆ ਹਨਾ, ਮੈਂ ਜ਼ਿਆਦਾਤਰ ਉਹਨਾਂ ਦੀ ਸੌਂਗ ਸੁਣਦੀ ਹਾਂ, ਉਹਨਾਂ ਨੇ ਵੀ ਇੱਕ ਛੋਟੇ ਜਿਹੇ ਘਰ ਤੋਂ ਉੱਠ ਕੇ ਹਨਾ ਆਲ ਵਰਲਡ ਦੇ ਵਿੱਚ ਆਪਣਾ ਜਿਹੜਾ ਨਾਮ ਚਮਕਾਇਆ, ਸੋ ਦੈਟ ਉਹਨਾਂ ਦੇ ਗਾਣੇ ਜਿਹੜੇ ਮੋਟੀਵੇਸ਼ਨਲ ਹੁੰਦੇ ਆ, ਸੁਣਦੇ ਆ ਬੰਦੇ ਦੀ ਥਿੰਕਿੰਗ ਹੈ ਜਿਹੜੀ ਉਵੇਂ ਦੀ ਹੁੰਦੀ ਹੈ। 2 ਮਿੰਟ ਦੋਨੇ ਜਾਣੇ ਥੋੜ੍ਹਾ ਜਿਹਾ ਅੱਗੇ ਆਇਓ, ਆਹ ਵੀ ਗੀਤ ਬੜਾ ਹਿੰਮਤ ਦਿੰਦਾ ਵੀ, ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ ਹੋ ਗਿਆ ਹੈ। ਬਾਪੂ ਨੇ ਬਹੁਤ ਸਪੋਰਟ ਕਰੀ ਹੈ ਵੀਰੇ, ਬਾਪੂ ਕਹਿੰਦੇ ਬਾਹਰ ਰਹਿਣਾ ਤਾਂ ਕੰਮ ਠੋਕ ਕੇ ਕਰੋ ਜੀ, ਕੋਈ ਚੱਕਰ ਨਹੀਂ ਹੈ ਜੀ। ਸਹੀ ਗੱਲ ਹੈ, ਬਾਪੂ ਦੇ ਕੀਤੀਆਂ ਗੱਲਾਂ ਯਾਦ ਆਉਂਦੀਆਂ? ਹਾਂਜੀ ਵੀਰੇ ਬਿਲਕੁਲ। ਭਾਂਡੇ ਮਾਂਜਣੇ ਹੋਣ ਚਾਹੇ ਜੋ ਮਰਜ਼ੀ ਹੈ, ਪਰ ਕਿਰਤ ਕਰਨੀ ਚਾਹੀਦੀ ਹੈ। ਤੁਹਾਡੇ ਮੈਨਿਊ ਦੇ ਵਿੱਚ ਬੜਾ ਸੋਹਣਾ ਬਣਾਇਆ, ਇੰਨਾ ਸੋਹਣਾ ਰੈਸਟੋਰੈਂਟ, ਇਹ ਕਿੰਨੇ ਡਿਜ਼ਾਈਨ ਕੀਤਾ ਬਾਈ? ਇਹ ਵੀਰੇ ਅਸੀਂ ਰਲ ਮਿਲ ਕੇ ਹੀ ਡਿਜ਼ਾਈਨ ਕੀਤਾ ਸੀ, ਇਹ ਸਾਡੇ ਘਰੇ ਬੇਸਟ ਟਰੈਕਟਰ ਖੜਿਆ ਸੀ, ਇਹ ਤੋਂ ਕੰਮ ਨਹੀਂ ਲਿਆ ਜਾਂਦਾ ਸੀਗਾ, ਅਸੀਂ ਸੋਚਿਆ ਵੀ ਕਿਉਂ ਨਾ ਹੈ ਨਾ ਇੱਕ ਵਾਰ ਆਪਾਂ ਇਹ ਟਰੈਕਟਰ ਵੀ ਕੰਮ ਆ ਜੂਗਾ, ਆਪਣੇ ਟਰਾਲੀ ਤੇ ਹੀ ਆਪਾਂ ਰੈਸਟੋਰੈਂਟ ਆ ਜਿਹੜਾ ਉਹ ਤਿਆਰ ਕਰ ਸਕਦੇ ਹਾਂ। ਹਾਂਜੀ, ਇਹ PB31 ਮਾਨਸੇ, ਇੱਕ ਮਾਨਸਾ ਏਰੀਆ PB31, ਫਿਰ ਪਹਿਲਾਂ ਹੁੰਦਾ ਸੀ ਮਾਨਸੇ ਵਾਲੇ ਮਾਨਸਾ ਕਹਿਣ ਤੋਂ ਹੀ ਹੈ ਨਾ ਕਤਰਾਉਂਦੇ ਸੀਗੇ, ਜਦੋਂ ਮੂਸੇ ਵਾਲਿਆਂ ਨੇ ਕਮਾਲ ਕਰਤਾ ਮਾਨਸੇ ਨੂੰ ਲੈ ਗਿਆ, ਹੁਣ ਫਿਰ ਠਿੱਕ ਠੋਕ ਕੇ PB31 ਕਹਿੰਦੇ PB31 ਵੀਰੇ, ਬਾਹਰ ਵਿਦੇਸ਼ਾਂ 'ਚ ਮਾਨਸਾ PB31 ਪੂਰਾ ਚੱਲਦਾ ਜੀ, ਜਿੰਨੀਆਂ ਗੱਡੀਆਂ ਵੀ ਅਗਲਾ ਲੈਂਦਾ ਲੋਕਲ ਬੰਦਾ ਵੀ ਇੱਥੇ PB31 ਨੂੰ ਪੂਰਾ ਅਲਾਓ ਕਰਦਾ ਜੀ। ਹਾਂਜੀ ਹਾਂਜੀ,
ਚਲੋ ਵਧੀਆ, ਹੁਣ ਤਾਂ ਭੈਣੇ ਵੀ ਰੇਹੜੀ ਤਾਂ ਹੁਣ ਰੇਹੜੀ ਕਹਿੰਦੇ ਵੀ ਨਹੀਂ, ਪੂਰਾ ਚੱਲਦਾ ਫਿਰਦਾ ਰੈਸਟੋਰੈਂਟ ਆ। ਹੁਣ ਤਾਂ ਉਰੇ ਲੋਕ ਜਿੱਥੇ ਸਿੰਗਰ ਤੁਹਾਡੇ ਕੋਲ ਖਾਂਦੇ ਆ, ਲੋਕੀ ਵਿਆਹਾਂ 'ਚ ਵੀ ਸੱਦੇ ਦੇਣ ਲੱਗ ਪਏ ਕਿ ਭਾਈ ਸਾਡੇ ਆ ਕੇ ਸਟਾਲ ਲਓ। ਹਾਂਜੀ ਵੀਰੇ ਬਿਲਕੁਲ, ਆਰਡਰ ਆਉਂਦੇ ਨੇ, ਕੈਟਰਿੰਗ ਦਾ ਕੰਮ ਵੀ ਕਰਦੇ ਹਾਂ ਆਪਾਂ, ਅਤੇ ਫਿਰ ਉੱਥੇ ਬਹੁਤ ਅੱਛਾ ਰਿਸਪੋਂਸ ਮਿਲਦਾ, ਆਪਾਂ ਵਧੀਆ ਚੀਜ਼ ਤਿਆਰ ਕਰਕੇ ਦਿੰਦੇ ਹਾਂ ਅਗਲੇ ਨੂੰ, ਤਾਂ ਉੱਥੇ ਰਿਸਪੋਂਸ ਵੀ ਜਿਹੜਾ ਆਪਾਂ ਨੂੰ ਵਧੀਆ ਮਿਲਦਾ। ਇਹ ਲੋਕੇਸ਼ਨ ਕੀ ਆ ਬਾਈ ਜੀ ਤੁਹਾਡੇ ਕੋਲ ਲੋਕਾਂ ਨੇ ਆ ਪੰਜਾਬੀਆਂ ਨੇ ਖਾਣ ਆਉਣਾ? ਅਸੀਂ ਕਚਹਿਰੀਆਂ ਦੇ ਮੂਹਰੇ ਖੜਦੇ ਹਾਂ, ਡੀਸੀ ਦਫ਼ਤਰ ਦੇ ਕਚਹਿਰੀਆਂ 76 ਸੈਕਟਰ, ਕਚਹਿਰੀਆਂ 'ਚ ਮੇਲੇ ਲੱਗਦੇ ਹੈ, ਮੇਲੇ ਫਿਰ ਤੁਹਾਡੇ ਕੋਲ ਰੋਟੀ ਖਾਣ ਆਉਂਦੇ। ਹਾਂਜੀ ਵੀਰੇ। ਚਲੋ, ਇਹ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਨੂੰ, ਕਿਉਂਕਿ ਤੁਸੀਂ ਬੜੀ ਕਿਰਤ ਨੂੰ ਵੀ ਸੰਭਾਲ ਰਹੇ ਹੋ ਤੇ ਪੰਜਾਬ ਦੀ ਮਿੱਟੀ ਦੀ ਵੀ ਪੈਰਵਾਈ, ਜਿਹੜੇ ਤੁਹਾਨੂੰ ਦੇਖਦੇ ਹੋਣ ਕੀ ਕਹਿਣਾ? ਵੀਰੇ ਮੈਂ ਤਾਂ ਇਹੀ ਸੁਜੈਸਟ ਕਰੂੰਗੀ ਹੈ ਨਾ, ਵੀ ਇੱਕ ਵਾਰ ਫੋਰਨ ਜਾਣ ਦੀ ਬਜਾਏ ਆਪਣੇ ਪੰਜਾਬ 'ਚ ਹੀ ਕਰਕੇ ਦੇਖਣਾ ਚਾਹੀਦਾ ਕੰਮ, ਕਿਉਂਕਿ ਕਿਤੇ ਨਾ ਕਿਤੇ ਹੈ ਨਾ, ਜਦੋਂ ਪਰਦੇਸੀ ਵੀ ਆਪਣੇ ਪੰਜਾਬ 'ਚ ਆ ਕੇ ਉਹ ਕਿੱਤਾ ਕਰ ਹੀ ਰਹੇ ਆ, ਆਪਾਂ ਕਿਉਂ ਨਹੀਂ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰ ਸਕਦੇ, ਵੀ ਆਪਾਂ ਨੂੰ ਸ਼ੇਮ ਹੈ ਜਿਹੜੀ ਉਹ ਫੀਲ ਨਹੀਂ ਕਰਨੀ ਚਾਹੀਦੀ ਕੰਮ ਤੋਂ, ਵੀ ਕੰਮ ਦੇ ਵਿੱਚ ਸ਼ਰਮ ਕਾਹਦੀ ਹੈ ਨਾ। ਹਾਂਜੀ ਵੀਰੇ, ਕੰਮ ਦੇ ਵਿੱਚ ਕੋਈ ਸ਼ਰਮ ਨਹੀਂ, ਕੋਈ ਮਿਹਣਾ ਨਹੀਂ। ਇੱਕ ਚੀਜ਼ ਵੈਸੇ ਤੁਸੀਂ ਨੋਟ ਕੀਤੀ ਹੋਣੀ, ਜਿਹੜਾ ਸਾਡਾ ਪੰਜਾਬ ਦਾ ਪੰਜਾਬੀ ਆ, ਜਦੋਂ ਰੇਹੜੀ 'ਤੇ ਕਿਸੇ ਪੰਜਾਬੀ ਨੂੰ ਦੇਖਦਾ ਤਾਂ ਬੜੀ ਛੇਤੀ ਭੱਜ ਆਉਂਦਾ ਕਿ ਭਾਈ ਇਹਦੇ ਕੋਲ ਰੋਟੀ ਖਾਣੇ, ਥੋੜ੍ਹਾ ਜਿਹਾ ਲੋਕਾਂ ਦੀ ਥਿੰਕਿੰਗ ਚੇਂਜ ਤਾਂ ਹੋ ਰਹੀ ਹੈ ਨਾ ਤੁਹਾਡੇ ਕੋਲ ਪੰਜਾਬ ਵਾਲੇ ਰੋਟੀ ਖਾਣ ਆਉਂਦੇ? ਹਾਂਜੀ ਵੀਰੇ, ਇਹ ਗੱਲ ਬਿਲਕੁਲ ਹੈ, ਇਹ ਸੋਸ਼ਲ ਮੀਡੀਆ ਦੀ ਜਿਹੜਾ ਮਿਹਰਬਾਨੀ ਹੈ ਨਾ, ਵੀ ਕਿਤੇ ਨਾ ਕਿਤੇ ਉਹਨਾਂ ਦੇ ਜ਼ਰੀਏ ਆਪਾਂ ਲੋਕ ਨੇ ਜਿਹੜੇ ਉਹ ਜਾਗਰੂਕ ਹੋ ਰਹੇ ਨੇ, ਵੀ ਪੰਜਾਬੀ 'ਤੇ ਹੀ ਖਾਣਾ ਜ਼ਿਆਦਾ ਬੈਟਰ ਕਰਦੇ ਨੇ। ਹਾਂਜੀ ਵੀਰੇ, ਸੋ ਇਹ ਅਸੀਂ ਗੱਲਬਾਤ ਕਰ ਰਹੇ ਸੀ ਪੀਬੀ 31 ਵਾਲੇ ਮੋਹਾਲੀ ਦੇ ਵਿੱਚ, ਇੱਥੇ ਖਿਜਾ ਜਾਓ ਬਾਈ ਜੀ, ਥੋੜ੍ਹਾ ਅੱਛਾ ਫਰੇਮ ਆਜੂਗਾ। ਬਹੁਤ ਸੋਹਣੀ ਗੱਲਬਾਤ ਕੀਤੀ, ਕਿਰਤ ਦਾ ਜਿਹੜਾ ਮਹੱਤਵ ਹੈ, ਜਿਹੜਾ ਸਾਨੂੰ ਕੀ ਕਹਿੰਦੇ ਵਰਦਾਨ ਮਿਲਿਆ ਸਾਡੇ ਪਾਤਸ਼ਾਹ ਵੱਲੋਂ, ਗੁਰੂ ਨਾਨਕ ਦੇਵ ਵੱਲੋਂ ਜੋ ਸਿਧਾਂਤ ਮਿਲਿਆ, ਉਸ ਕਿਰਤ ਦੇ ਸਿਧਾਂਤ ਦੀ ਪੈਰਵਾਈ ਕਰ ਰਹੇ, ਮਿਹਨਤ ਦੀ ਰੋਟੀ ਖਾ ਰਹੇ ਅਤੇ ਪੰਜਾਬ ਦੀ ਮਿੱਟੀ ਦੇ ਵਿੱਚ ਰਹਿ ਕੇ ਕਹਿੰਦੇ ਸਕੂਨ ਦੀ ਜਿਹੜੀ ਨੀਂਦ ਆਉਂਦੀ ਆ ਉਸ ਨੀਂਦ ਨਾਲ ਵੀ ਬਹੁਤ ਸਾਰਾ ਮੋਹ ਕਰਦੇ ਨੇ, ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ, ਕਰਨ ਸ਼ਰਮਾ ਮਿੱਟੀ ਦੇ ਲਈ।